تیسری گل جو میں آج پڑھی ہے سورۃ روم دی آیت نمبر 20 وہ ساری فطرت جڑی اللہ نے بنائی ہے وہ کی آ گئی اسی کی بنی اصل حقیقت کی سی اللہ نے سب کو جب پیدا کیا وہ حقیقت کی سی اس میں کوئی کوئی ہونا اسی کی بنی ساری حقیقت کی سی جیسے کی بنی سب کچھ میں قربان کر دیتا بیٹے قربان کر دوں
ਉਹਨਾਂ ਨੂੰ ਜਾਣਾ ਪੈਣਾ ਪਿੰਡ ਨੂੰ ਉਠਾਇਆ ਸੀਨੇ ਨਾਲ ਲਾਇਆ ਅੱਖ 'ਚ ਅੱਥਰੂ ਨਿਕਲਿਆ ਜਦੋਂ ਰੱਬ ਦੇ ਸਾਹਮਣੇ ਕੁਰਬਾਨੀ ਦੇਣ ਜਾਓ ਅਤੇ ਫਿਰ ਆਪਣੀ ਜ਼ਾਤ ਨੂੰ ਆਪਣੀ ਔਲਾਦ ਨੂੰ ਪਰੇਸ਼ਾਨ ਨਹੀਂ ਹੋਣਾ ਹੱਕ ਨਹੀਂ ਖੜੇ ਹੋ ਗਏ ਨਾ ਇਸਲਾਮ ਦੇ ਜਦੋਂ ਅਸੀਂ ਪੱਕੇ ਮੁਸਲਮਾਨ ਬਣਾਂਗੇ ਨਾ ਤਾਂ ਫਿਰ ਸਾਨੂੰ ਕੋਈ ਨਹੱਕ ਰੋਕ ਨਹੀਂ ਸਕੇਗਾ ਫਿਰ ਹੱਕ ਨਹੀਂ ਖੜੇ ਹੋ ਗਏ ਫਿਰ ਸ਼ੈਤਾਨ ਦੀ ਅਸੀਂ ਦੀ ਪੈਸੇ ਫਿਰ ਜਾਨ ਵੀ ਜਾਂਦੀ ਹੈ ਤਾਂ ਜਾਵੇ ਫਿਰ ਆਪਣੀ ਹਮਸ਼ੀਰਾ ਦੇ ਬੱਚੇ ਉਹਨਾਂ ਨੂੰ ਹੁਕਮਾਂ ਜਾਂਦੇ ਅਤੇ ਜਾਨ ਕੁਰਬਾਨ ਕਰ ਦਿੰਦੇ ਆਪਣੇ ਸੋਹਣੇ ਭਰਾ ਦੀਆਂ ਨਿਸ਼ਾਨੀਆਂ ਕਾਸਮ ਜਾਂਦੇ ਆ ਅਤੇ ਜਾਨ ਆਪਣੇ ਬੱਚੇ ਉਹ ਦਾ ਬੱਚਾ 6 ਮਾਂ ਦਾ ਅਲੀਅਸ ਕਰ ਮਾਸੂਮ ਉਹ ਵੀ ਕੁਰਬਾਨ ਸੋਹਣੇ ਮਾਹੂਬ ਤੇ ਜਿਹੜਾ ਸਾਡਾ ਮਾਹੂਬ ਹੈ ਅੱਲਾਹ ਨੂੰ ਇੱਜ਼ਤ ਬਾਕੀ ਸਾਰੇ ਛੋਟੇ ਛੋਟੇ ਮਾਹੂਬ ਆਪਣੇ ਕੁਰਬਾਨ ਕਰਕੇ ਦਿਖਾ ਦਿੱਤੇ ਸੋਹਣਿਆਂ ਤੇਰੇ ਉੱਤੇ ਕਾਇਨਾਤ ਦੀ ਹਰ ਚੀਜ਼ ਕੁਰਬਾਨ ਮਾਲੋ ਦੌਲਤ ਦਾ ਸਵਾਬ ਰਿਸ਼ਤੇਦਾਰ ਫਿਰ ਆਪਣੇ ਬੇਟੀ ਨੂੰ ਚੱਕਿਆ ਫਿਆਮਿਆਂ 'ਤੇ ਛੱਡਿਆ ਘੋੜੇ ਬੈਠੇ ਮਕਤਲ ਦੀ ਤਰਫ ਚਲੇ ਗਏ ਜਿਸ ਦੱਜ ਸੇ ਕੋਈ ਮਕਤਲ ਮੇ ਗਿਆ ਉਹ ਸ਼ਾਨ ਸਲਾਮਤ ਰਹਿਤੀ ਹੈ ਹੈ ਸਲਾਮਤ ਕਹਿ ਰਹੀ 14 ਸਾਲ ਤੋਂ ਬਾਅਦ ਜਿਸ ਦੱਜ ਸੇ ਕੋਈ ਮਕਤਲ ਮੇ ਗਿਆ ਉਹ ਸ਼ਾਨ ਸਲਾਮਤ ਰਹਿਤੀ ਹੈ ਇਹ ਜਾਨ ਤੋਂ ਆਉਣੀ ਜਾਣੀ ਹੈ ਇਸ ਜਾਨ ਕੀ ਤੋਂ ਕੋਈ ਬਾਤ ਨਹੀਂ ਦੇਖੋ ਨਾ ਮਰ ਜਾਣਾ ਨਾ ਕਿਤੇ ਐਕਸੀਡੈਂਟ ਦੇ ਵਿੱਚ ਕਿਤੇ ਮੰਜੀ ਦੇ ਉੱਤੇ ਪੈ ਪੈ ਕਿਤੇ ਕਿਤੇ ਮਰ ਜਾਣਾ ਨਾ ਮੌਤ ਆ ਜਾਣੀ ਨਾ ਕੋਈ ਬਿਮਾਰੀ ਬਿਮਾਰ ਚੜ੍ਹ ਕੇ ਮਰ ਜਾਂਦੇ ਲੋਕ ਮੁੜਕਾ ਟੁੱਟ ਗਿਆ ਡਿੱਗੇ ਮਰ ਗਏ ਮਰ ਜਾਣਾ ਨਾ ਹਕੀਕਤ ਹੈ ਕਿ ਸਾਰਿਆਂ ਨੇ ਮਰ ਜਾਣਾ ਕੋਈ ਸ਼ੱਕ ਨਹੀਂ ਇਹਦੇ ਵਿੱਚ ਇਸਰਾਈਲ ਨਾਲ ਮੁਲਾਕਾਤ ਪੈ ਜਾਂਦੀ ਸਾਡੀ ਕਿਸੇ ਦਿਨ ਔਰ ਜਦੋਂ ਉਹਦੇ ਨਾਲ ਮਿਲ ਗਏ ਫਿਰ ਕਿਸੇ ਹੋਰ ਦੇ ਲਾਇਕ ਨਹੀਂ ਛੱਡਦਾ ਬਸ ਫਿਰ ਹੋਰ ਨਹੀਂ ਕਿਸੇ ਵਿੱਚ ਲੇਕਿਨ ਮੁਮਤਾਜ਼ ਕਾਦਰੀ ਤੁਹਾਡੀ ਜੁਰਤ ਨੂੰ ਸਲਾਮ ਤੁਹਾਡੀ ਮੁਹੱਬਤ ਨੂੰ ਸਲਾਮ ਕਿਆਮਤ ਤੱਕ ਦੁਨੀਆਂ ਤੁਹਾਨੂੰ ਸਲਾਮ ਕਰਦੀ ਰਹੇਗੀ ਆਪ ਰਹਿਮਤੁਲਾ ਅਲੈਹ ਨੇ ਅੱਲਾਹ ਚਾਹੇ ਤੇ ਆਪਣੇ ਮਾਮੂ ਦਾ ਜਿਹੜਾ ਉਸਤਾਦ ਉਹਦੇ ਮੁਹਾਫਜ਼ ਤੋਂ ਹੀ ਮਰਵਾ ਦਿੰਦਾ ਵੀ ਆਪ ਮੁਹਾਫਜ਼ ਤੋਂ ਹੀ ਮਰਵਾ ਦਿੰਦਾ ਮੁਹਾਫਜ਼ ਸੀਗਾ ਉਹਦਾ ਹੀ ਗਾਰਡ ਪੁਲਿਸ ਵਾਲੇ ਦੀ ਗੱਲ ਕਰ ਉਹ ਪੁਲਿਸ ਵਾਲਾ ਔਰ ਪੁਲਿਸ ਵਾਲਾ ਵੀ ਆਮ ਪੁਲਿਸ ਵਾਲਾ ਨਹੀਂ ਉਹਦੀ ਹਾਲਤ ਵੀ ਦੇਖੋ ਅਜੇ ਦਸੰਬਰ ਦੇ ਵਿੱਚ ਅੱਲਾ ਨੇ ਉਹਨੂੰ ਬੇਟਾ ਦਿੱਤਾ ਪਹਿਲਾ ਬੇਟਾ ਦਸੰਬਰ 'ਚ ਜਨਵਰੀ ਦੇ ਵਿੱਚ ਉਹਨੇ ਘੁੰਮ ਲਾ ਕੇ 27 ਪੈਰ ਫਿਰ ਹੀ ਅਸੀਂ ਦਿੰਦੇ ਅਸੀਂ ਕੌਣ ਹੁੰਦਾ ਮੇਰੇ ਨਬੀ ਦੇ ਦਲੇਰੀ ਪੈਦਾ ਕਰੋ ਆਪਣੇ ਬੱਚਿਆਂ ਦੇ ਦਿਲਾਂ ਦੇ ਵਿੱਚ ਜਾਨਾਂ ਟੁੰਡਾਂ ਆਉਂਦੀਆਂ ਜਾਂਦੀਆਂ ਨਜ਼ਰੀ ਜਾਵੇ ਕਿੱਧਰ ਕੋਈ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਉੱਤੇ ਗੱਲ ਕਰਕੇ ਤਾਂ ਇੱਕ ਤਰਫ ਇਹ ਕਹੀਏ ਅਸੀਂ ਮੁਸਲਮਾਨ ਹਾਂ ਕੁਰਾਨ ਕਹੇ ਫਸਲ ਨੂੰ ਪਈ ਨਾ ਪਈ ਨੂੰ
اسلام دی عزت بنان دے بجائے اسی اسلام دی کوئی بھی گل نہ مان کے اسی ایک طرف گئے اسی مسلمان ہاں دوسری طرف اسی جڑا بھی کام کریے اودے وچ ٹھیک نہیں او ٹیچر اپنا دے ہوئے اپنا ٹائم پاس کرے کوئی امام بس اپنی ڈیوٹی سمجھ کے مال و دولت واسطے اپنا کام کرے کوئی دکاندار ہاں وہ جتھے کوئی چوری میں دیکھا لوگ کہتے جتھے چوری پھرتی پھر ہو گئی کاکا تو جتھے چوری پھرتی پھر لیکن اسی اسلام نال صحیح نہیں کرتے پے مجھے عشقی آگ دیر ہے یہ مسلمان ہی راہ کا دیر ہے بتاؤ میں تم کو نسارا تو تم دل میں حمود یہ مسلمان ہیں جنہیں دیر کر شرمائیں گے دودھ یہ رما والے منہ پہ تماچے مارے ہمارے بیدار کرنے کے لیے غفلے سے بیدار کرنے کے لیے پھر بھی بیدار سوئے ہو اکھاں بند بند سوتے ہی رہ جائیں اللہ دے رسول دی کوئی گل نہیں مانتی اور جب اکھاں بند ہونا وڈے وڈے اولیاء کرام مشائخ کرام صوفیاء کرام کامل زندہ ولی جو تھے سیار شریف کی گدی والے بڑا شریف کی گدی والے امیر الحسنات شاہ صاحب بڑے بڑے جو اولیاء کرام تھے ایک پولیس والے نے جنازے کی چارپائی کو ہاتھ لانے واسطے دوستے دسو کیوں کیوں بھائی اپنے سرکار کا قربان قربان ہو کے تاحیات امر ہو گئے ترستے سے اکھاں چوں آنسو لوگ لوگا دے چھوڑے سے روتے پھٹتے کتا نے سر مار دے دیکھے اس جنازے میں ایک پولیس والے دا جنازہ کر رہا آخر کیتا کی پولیس والے نے پولیس والے نے نہیں دیکھا میرا بیٹا چھوٹا رہا دسمبر جے پیدا ہونے تے پیار کرنا میں پائل کو کرے مار دے کو کی پتہ سی او سر کے نال چلا گاڑ سی پوری گڈی او دے نال ہوندی سی برنر سی پنجاب دا ساڈے تے دو ڈیلے ڈیلے مسلط ہوئے پچھا نہ گربان تو پڑ کے لاڑ دی کوشش کرو نالیاں دے سونا کا سودا کر کے ووٹا نہ دو من کا سودا کرو اگر کرنا ہی ہے تو سودا کرو تو سارے بازار آزاد آزاد کرو اکھان کھولن کا وقت آ گیا مسلمان جاگر کا وقت آ ساڈیا دیاں بھنا جا جا کے وہ چیزاں منڈیا مردہ کو منگنی جہیا نہیں منگنیا چاہیے اللہ کے رسول نے مدینہ کی ریاست بنائی تو مردہ کی علیحدہ بازار بنائے یہ سودے کرو
ਮਿਲਾਪ ਪੜ੍ਹਦੇ ਨਾ ਤਾਂ ਮਿਲਾਪ ਸੁਣੋ, ਇਹ ਮਿਲਾਪ ਹੁੰਦਾ ਜਾਣ ਦੀ ਫਿਕਰ। ਪੀ ਐਚ ਡੀ ਕਰਨ ਦਿਆ ਸੀ, ਪੀ ਐਚ ਡੀ ਕਰਨ ਪਿਆ ਸੀ, ਬਾਹਰ ਯੂਰਪ 'ਤੇ ਗਿਆ ਸੀ, ਕਿਸੇ ਨੇ ਨਵੀਂ ਪਾਕ ਇਹ ਕਾਰਨ ਬਣਾ ਦੇ ਨਾ ਅਖਬਾਰ 'ਚ ਛਾਪਦਾ ਥੱਲੇ ਥੱਲੇ ਲਿਖਦੇ ਲਾ ਨਾਊਜ਼ ਬਿੱਲਾ ਨਾਊਜ਼ ਬਿੱਲਾ ਨਾਊਜ਼ ਬਿੱਲਾ। ਇਹ ਸਾਡੀਆਂ ਕਮੀਆਂ ਆ, ਇਹ ਤਾਂ ਇਹ ਲੋਕ ਇੱਦਾਂ ਕਰ ਰਹੇ ਆ। ਹੁਣ ਪਤਾ ਇਹ ਜੇ ਆਪ ਨਹੀਂ ਮੰਨਦੇ ਸਹੀ ਤਰ੍ਹਾਂ ਤਾਂ ਐਵੇਂ ਬਸ ਨਾ ਹੀ ਲੈਂਦੇ ਮੰਨਦੇ, ਕਿਉਂਕਿ ਇਹ ਆਪ ਨਹੀਂ ਮੰਨਦੇ ਨਵੀਂ ਪਾਤ ਕੀ ਕਰਦੇ। ਇਹਨਾਂ ਨੇ ਸਾਨੂੰ ਕੀ ਕਰਨਾ, ਸਾਡੀਆਂ ਕਮੀਆਂ ਆ। ਇਸਲਾਮੀ ਜਮਹੂਰੀਆ ਪਾਕਿਸਤਾਨ ਕੀ ਪੂਰੀ ਦੁਨੀਆ ਨੇ ਲਿਆ, ਕਰੋੜ ਰੁਪਏ ਵਾਲਾ ਕੇਸ ਪੂਰੀ ਦੁਨੀਆ ਨੇ ਲਿਖਿਆ। ਉਹ ਛੋਟੇ ਜਿਹੇ ਬੱਚੇ ਜਿਹਦੇ ਮਾਂ ਬਾਪ ਹੱਜ ਕਰਾ ਕੇ ਸਿੱਖ ਲੈਣ, ਉਹ ਪਿੱਛੋਂ ਉਹਦੇ ਨਾਲ ਕੀ ਬਣਿਆ, ਪੂਰੀ ਦੁਨੀਆ ਜਦੋਂ ਦੇਖਦੀ ਲੋਕ ਸਭ ਤੋਂ ਪਹਿਲੇ ਇਸਲਾਮੀ ਜਮਹੂਰੀਆ। ਕਰਤੂਤਾਂ ਸਾਡੀਆਂ ਪੁੱਟੀਆਂ, ਉਹ ਇੱਥੋਂ ਹੀ ਪੜ੍ਹ ਕੇ ਕਹਿ ਦਿੰਦੇ ਮਤਲਬ ਚੰਗਾ ਨਹੀਂ ਇਸਲਾਮ, ਚੰਗਾ ਨਹੀਂ। ਇਹਨਾਂ ਦੇ ਕੰਮ ਹੀ ਬੜੇ ਪੁੱਠੇ ਆ, ਉਹਨਾਂ ਨੂੰ ਕੀ ਪਤਾ ਅਸੀਂ ਜੇ ਮੰਨਦੇ ਨਹੀਂ ਇਸਲਾਮ ਨੂੰ, ਅਸੀਂ ਤਾਂ ਬਦਨਾਮ ਕਰਨ ਲਈ ਇਸਲਾਮ ਫੜਿਆ ਹੋਇਆ। ਉਮਦੀ ਵਾਇਸੇ ਰਸਵਾਈਏ ਪੈਗੰਬਰ ਰਿਹਾ ਨਾ ਬਾਈ ਬਾਬਾ, ਰਸਵਾਈ ਕਰਨੇ ਕੇ ਲੀਏ ਤੁਮ ਲੋਕਾਂ ਨੇ ਇਸਲਾਮ ਕੋ ਪਕੜਾ ਹੋਇਆ। ਮੰਨਦੇ ਮੁੰਨਦੇ ਕੋਈ ਨਹੀਂ ਗੱਲ ਕਿਸੇ ਦੀ, ਅਸਲੀ ਮੁੰਬਈ ਨਾ ਆਪਾਂ ਇੱਕ ਆਪਣੇ ਭਰਾਵਾਂ ਦੀ ਸੁਲਾਹ ਕਰਵਾ ਦਿਓ, ਉਹ ਨਹੀਂ ਸੁਲਾਹ ਕਰਵਾ ਦਿਓ, ਤਾਂ ਕਿ ਦੋਨੋਂ ਭਾਈਆਂ ਦੇ ਦਿਲ ਜੁੜ ਜਾਣ। ਰਸੂਲ ਪਾਕ ਨੇ ਫਰਮਾਇਆ, ਮੈਂ ਆਇਆ ਹੀ ਇਸ ਦੁਨੀਆ 'ਤੇ ਤਸ਼ਰੀਫ ਹੀ ਇਸ ਲਈ ਲਿਆ। ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਕੁਰਾਨ ਪਾਕ ਦੇ ਵਿੱਚ ਆਪਣੇ ਬਾਰੇ ਦੇ ਵਿੱਚ ਸਾਨੂੰ ਰਾਹੀ ਦਿੰਦੇ ਹੋਏ ਫਰਮਾਉਂਦੇ ਆ, ਵਮਾ ਯੰਤਿਕੁ ਅਨਿਲ ਹਵਾ, ਦੂਸਰੀ ਤਰਫ ਮੰਨੇ ਆ ਬਾਅਦ ਵਿੱਚ ਫਿਰ ਅਗਲੀ ਆਇਤ ਲਿਖਾਂਗੇ। ਤਕਰੀਬਨ ਮੈਂ ਸਵਾ ਸਾਢੇ ਕੁ ਅੱਠ ਵਜੇ ਸ਼ੁਰੂ ਕੀਤਾ, ਅਤੇ ਜਦੋਂ ਤੁਸੀਂ ਕਹੋਗੇ ਇਨਸ਼ਾਅੱਲਾ ਤਕਰੀਬ ਖਤਮ ਕਰ ਦਿੰਦੇ। ਵਮਾ ਯੰਤਿਕੁ ਅਨਿਲ ਹਵਾ ਇਨ ਹੁਵਾ ਇਲਾ ਵਾਹਿਯੁ ਯੂਹਾ, ਆਪਣੇ ਰੱਬ ਨਾਲ ਇੰਨੀ ਮੁਹੱਬਤ ਕਰਦੇ, ਇੰਨੀ ਮੁਹੱਬਤ। ਇਸ ਲਈ ਦੋਸਤੋ, ਜਿਹੜਾ ਰੱਬ ਦੇ ਨਾਰੇ ਲਾਵੇ, ਜਿਹੜਾ ਰੱਬ ਨਾਲ ਮੁਹੱਬਤ ਦਾ ਇਜ਼ਹਾਰ ਕਰੇ, ਉਹਨਾਂ ਮੁਹੱਬਤ ਦਾ ਇਜ਼ਹਾਰ ਕਰੋ। ਮੈਨੂੰ ਤਾਂ ਸਮਝ ਹੀ ਨਹੀਂ ਆਈ ਅੱਡਾ ਕਿ ਰੱਬ ਦਾ ਜ਼ਿਕਰ ਕਰਾਂ ਕਿ ਸੋਹਣੇ ਮਹਬੂਬ ਦਾ ਜ਼ਿਕਰ ਕਰਾਂ। ਮੈਂ ਨਬੀ ਪਾਕ ਸਰਕਾਰ ਦੇ ਨਾਲ ਮੁਹੱਬਤ ਦੇ ਵਿੱਚ ਇੰਨਾ ਅੱਗੇ ਵਧਿਆ, ਮੈਂ ਨਬੀ ਪਾਕ ਦਾ ਹਰ ਪਲ ਜ਼ਿਕਰ ਕਰਨਾ, ਹਰ ਮਹਿਫਲ ਦੇ ਵਿੱਚ ਕਲਾਸ 'ਚ ਬਣਾਉਣਾ, ਬੱਚਿਆਂ ਨੂੰ ਨਬੀ ਪਾਕ ਦਾ ਜ਼ਿਕਰ ਕਰਨਾ, ਸਿਰਫ ਇਸ ਵਾਸਤੇ ਕਿ ਕੁਰਾਨ ਦੇ ਵਿੱਚ ਮੈਂ ਦੇਖਿਆ ਕਿ ਰੱਬ ਵਾਰ ਵਾਰ ਕਹਿੰਦਾ ਬਸ ਉੱਧਰੋਂ ਹੀ ਉੱਧਰ ਨੂੰ ਜਾਓ, ਉੱਧਰ ਲੱਗੇ ਸਾਰਾ ਉੱਧਰ ਹੀ, ਇੱਥੋਂ ਲੱਗਾ ਉੱਧਰ ਹੀ ਆ, ਸਾਰਾ ਲੱਗਾ ਉੱਧਰ ਹੀ ਆ। ਸਾਰੀਆਂ ਨਿਮਤਾਂ ਤਮਾਮ ਕਰ ਦਿੱਤੀਆਂ, ਕੁਰਾਨ ਦੇ ਲਫ਼ਜ਼ ਮੈਂ ਬੋਲ ਦਿੰਦਾ, ਸਾਰੀਆਂ ਨਿਮਤਾਂ ਮੈਂ ਤਮਾਮ ਕਰ ਦਿੱਤੀਆਂ, ਮੈਂ ਕੁਛ ਵੀ ਨਹੀਂ ਐਸਾ ਜਿਹੜਾ ਤੇਰੇ ਤੋਂ ਕੋਲੇ 'ਚ ਰੱਖਿਆ ਹੋਵੇ, ਸਾਰਾ ਕੁਛ ਤੇਰੇ ਸਾਹਮਣੇ ਆ, ਜੋ ਜਦੋਂ ਜਿੱਥੇ ਜਿਹਨੂੰ ਤੂੰ ਜਾਵੇ ਦੇ। ਬੇਸ਼ੱਕ ਇਹ ਤਾਂ ਜਿਹਨਾਂ ਨੂੰ ਮਿਲਦਾ ਉਹਨਾਂ ਨੂੰ ਪਤਾ ਨਾ, ਹਵਾ ਚੱਲਦੀ ਆ ਸਾਨੂੰ ਲੱਗਦੀ ਆ, ਠੰਡ ਲੱਗਦੀ ਆ, ਉਹ ਜਿਹਨੂੰ ਲੱਗਦੀ ਆ, ਜਿਹਨੂੰ ਬੁਖਾਰ ਚੜਿਆ ਹੋਵੇ ਉੱਥੇ ਪੱਖਾ ਚਲਾ ਦਿਓ, ਉੱਥੇ ਠੰਡ ਲੱਗਦੀ, ਉਹ ਕੰਬ ਕੇ ਗਾਇਮ ਮਰ ਗਿਆ, ਠੰਡ ਲੱਗਦੀ ਆ। ਅਤੇ ਜਿਹਨੂੰ ਨਬੀ ਪਾਕ ਨਾਲ ਗੱਲਾਂ ਬਾਤਾਂ ਹੁੰਦੀਆਂ, ਹਰ ਚੀਜ਼ ਦਿਖਾਈ ਨਹੀਂ ਦਿੰਦੀ ਅੱਖਾਂ ਨਾਲ, ਅੱਖ ਵਿੱਚ ਨਹੀਂ ਹਰ ਚੀਜ਼ ਆਉਂਦੀ, ਦਿਲੇ ਬੀਨਾ ਵੀ ਕਰ ਖੁਦਾ ਸੇ ਤਰ ਅੱਖ ਕਾ ਨੂਰ ਦਿਲ ਕਾ ਨੂਰ ਨਹੀਂ, ਹਵਾ ਲੱਗਦੀ ਆ ਲੇਕਿਨ ਨਜ਼ਰ ਨਹੀਂ ਆਉਂਦੀ, ਜਿਹਨੂੰ ਲੱਗਦੀ ਆ ਠੰਡ ਲੱਗਦੀ ਵੀ ਉਹ ਪੁੱਛੋ ਕਿੰਨੀ ਹਵਾ ਦੇ। ਜਿੰਨਾ ਰੱਬ ਮਹਬੂਬ ਦੀਆਂ ਮੁਲਾਕਾਤਾਂ ਹੁੰਦੀਆਂ, ਮਹਬੂਬ ਦੀਆਂ ਤੇ ਰੱਬ ਦੀਆਂ ਮੁਲਾਕਾਤਾਂ ਹੁੰਦੀਆਂ, ਰੱਬ ਦੀਆਂ ਵੀ ਹੁੰਦੀਆਂ ਮੁਲਾਕਾਤਾਂ। ਯਾਦ ਰੱਖਿਓ, ਨਮਾਜ਼ ਪਹਿਲੀ ਮੁਲਾਕਾਤ ਹੀ ਅਸਲਾਮ ਸ਼ਰਾਬ ਨਹੀਂ, ਗੱਲ ਤਾਂ ਇਹ ਆ ਕਿ ਅਸੀਂ ਉਹਨੂੰ ਨਮਾਜ਼ ਵੀ ਨਹੀਂ ਸਮਝਦੇ, ਨਮਾਜ਼ ਦਾ ਪਹਿਲਾਂ ਹੀ ਜੁਮਲਾ ਸਮਝਦੇ, ਪਹਿਲਾਂ ਹੀ ਜੁਮਲਾ ਜਿਹੜਾ ਅਸੀਂ ਰੋਜ਼ ਦੁਹਰਾਉਂਦੇ ਹਾਂ। ਨਮਾਜ਼ ਮੁਲਾਕਾਤ ਨਾ ਬਣੇ ਤਾਂ ਨਮਾਜ਼ ਕਾਹਦੀ, ਲੇਕਿਨ ਜਿਹੜੇ ਪੜ੍ਹਦੇ ਆ ਜੇ ਨਹੀਂ ਰੱਬ ਨਾਲ ਮੁਲਾਕਾਤ ਹੁੰਦੀ, ਪੜ੍ਹਦੇ ਰਹੋ, ਇੱਕ ਜਗ੍ਹਾ ਕੱਦ ਵੱਡਾ ਹੁੰਦਾ 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 ਹੁੰਦਾ, ਬੰਦਾ ਕੱਦੋਂ ਪਾਰ ਕੋਈ ਨਜ਼ਾਰਾ ਹੋਵੇ, ਨਜ਼ਰ ਨਾ ਆਉਂਦਾ ਹੋਵੇ, ਕੱਦ ਉੱਚੀ ਹੋਵੇ, ਬੱਚਾ ਵੱਡਾ ਹੁੰਦਾ ਹੁੰਦਾ, ਇੱਕ ਦਿਨ ਵੱਡਾ ਹੋ ਜਾਂਦਾ, ਵੱਡੇ ਕਰਦੇ ਨਮਾਜ਼ 'ਚ ਇੱਕ ਦਿਨ ਵੱਡੇ ਹੋ ਜਾਓਗੇ, ਚਲੋ ਪਹਿਲਾਂ ਹੀ ਜਦੋਂ ਮੁਲਾ ਅਲਹਮਦੁਲਿਲਾਹ ਰੱਬਿਲ ਆਲਮੀਨ, ਇਹੀ ਅਗਰ ਕਿਸਮ ਦੇ ਵਿੱਚ ਵਜੂਦ ਦੇਵੇ, ਦਿਲ ਦੇਵੇ, ਸ਼ੌਕ ਦੇ ਵਿੱਚ ਜਜ਼ਬ ਹੋ ਜਾਵੇ, ਸਾਰੇ ਵੈਸੇ ਤਾਂ ਰੋਲੇ ਇੱਦਾਂ ਨਹੀਂ ਮੁੱਕਦੇ, ਬਾਬਲੀ ਸ਼ਾਹ ਫਰਮਾਉਂਦੇ ਕਿ ਰੋਲੇ ਇੱਦਾਂ ਨਹੀਂ ਮੁੱਕਦੇ, ਰੋਲੇ ਮੁੱਕਦੇ ਉਦੋਂ ਹੀ ਹੈ ਜਦੋਂ ਲੋਕ ਆਖਣ ਬਦਕਾਰ ਤੇ ਰੋਲਾ ਮੁੱਕ ਜਾਂਦਾ, ਜਦੋਂ ਚੱਕ ਲੈਣ ਮੋਢੇ ਚਾਰ ਤੇ ਰੋਲਾ ਮੁੱਕ ਜਾਂਦਾ, ਰੋਲੇ ਉੱਦਾਂ ਨਹੀਂ ਮੁੱਕਦੇ, ਉਦੋਂ ਸਾਰੇ ਰੋਲੇ ਮੁੱਕ ਜਾਂਦੇ, ਕਹਿੰਦਾ ਹੀ ਨਹੀਂ ਕੋਈ ਉੱਠ ਕੇ ਉਹ। ਔਰ ਖਰਫਾ ਮੰਜੀ ਮੇਰੀ ਤਰ੍ਹਾਂ ਇੱਕ ਮਿੰਟ ਕੰਮ ਰਹਿ ਗਿਆ, ਨਾ ਮੇਰ ਨਾ ਕੋਈ ਮੀਰ ਨਾ ਕੋਈ ਫਕੀਰ, ਨਾ ਕੋਈ ਅਮੀਰ ਨਾ ਕੋਈ ਗਰੀਬ, ਨਾ ਕੋਈ ਮਾੜਾ ਨਾ ਕੋਈ ਤਗੜਾ, ਸਭ ਚੁੱਪ ਕਰਕੇ ਬੈਠੇ ਹੁੰਦੇ, ਚੁੱਪੇ ਤਾਂ ਰੋਲੇ ਮੁੱਕ ਜਾਂਦੇ। ਬਾਬੂਲੇ ਸ਼ਾਹ ਫਰਮਾਉਂਦੇ ਇੱਕ ਹੋਰ ਤਰ੍ਹਾਂ ਵੀ ਰੋਲੇ ਮੁਕਾ ਦਿੰਦਾ ਬੰਦਾ, ਬੋਲਿਆ ਰੱਬ ਦਾ ਆਸ਼ਿਕ ਹੋਇਓ ਮਲਾਮਤ ਹੋਈ ਨਾ, ਤਾਂ ਰੱਬ ਦੇ ਤੁਸੀਂ ਹੋਗੇ ਨਾ। ਬੜੇ ਸ਼ੈਤਾਨ ਐਸੇ ਲੋਕ, ਲੋਕ ਨਮਾਜ਼ ਸ਼ੁਰੂ ਕਰਦੇ, ਲੋਕ ਬੜੀਆਂ ਨਮਾਜ਼ਾਂ ਸ਼ੁਰੂ ਕਰ ਲਈਆਂ, ਖੈਰ ਤੇ ਹੈ ਤੁਹਾਨੂੰ ਆਪਣੇ ਰੋਕਣਗੇ ਬਈ, ਖੈਰ ਤੇ ਹੈ ਦਾੜੀ ਰੱਖ ਲਈ, ਖੈਰ ਤੇ ਹੈ ਸ਼ੈਤਾਨ ਕਈਆਂ ਤਰਫੋਂ ਆ ਕੇ ਤੁਹਾਡੇ ਤੇ ਹਮਲਾ ਕਰਦੇ ਹਨ, ਬੜੇ ਤਰੀਕੇ ਹੁੰਦੇ ਕੋਲ। ਫਰਮਾਨ ਨੇ ਬੋਲਿਆ ਰੱਬ ਦਾ ਆਸ਼ਿਕ ਹੋਇਓ ਮਲਾਮਤ ਹੋਈ ਨਾ, ਲੋਕੀ ਤੈਨੂੰ ਕਾਫਰ ਆਖਣ, ਲੜਾਈ ਨਾ ਕਰੀਆਂ ਕਰੋ,
ਗਾਲੀ ਗੁੜੀ ਕੀ ਕਾਫਰ ਸਭ ਤੋਂ ਵੱਡਾ ਚੁੱਲਾ ਆ ਗਾਲੀ ਵਾਲੇ ਤੁਹਾਡੀ ਕੋਈ ਗਾਲੀ ਨਹੀਂ ਬੇਸ਼ੱਕ ਬੋਲਿਆ ਰੱਬ ਦਾ ਆਸ਼ਕ ਹੋਇਆ ਕਿਉਂ ਇਹਨਾਂ ਦਾ ਤੈਨੂੰ ਕੀ ਖਿਆਲ ਹੁਣ ਨਜ਼ਰ ਹੀ ਹੱਥ ਕਾਰਵਾਂ ਤੇ ਦਿਲ ਯਾਰ ਬਣ ਗਿਆ ਰਹਿ ਦੁਨੀਆਂ 'ਚ ਤੇ ਦਿਲ ਉੱਥੇ ਜੁੜਿਆ ਰਹੇ ਤੇਰਾ ਬੋਲਿਆ ਰੱਬ ਦਾ ਆਸ਼ਕ ਹੋਇਆ ਪ੍ਰਾਪਤ ਹੋਈ ਰਾਤ ਕਿਉਂਕਿ ਤੈਨੂੰ ਕਾਫਰ ਆਸ਼ਕ ਤੂੰ ਆਹ ਹੋਆ ਹੋਆ ਫਿਰ ਅਸੀਂ ਕਹਿੰਦਾ ਤੂੰ ਬਾਰੇ ਨੂੰ ਘੱਟ ਦੇ ਤੂੰ ਕਹਿੰਦਾ ਲਗਾਉਣਾ ਤੂੰ ਕੁਛ ਵੀ ਨਹੀਂ ਆ ਮਿੱਟੀ ਦੀ ਢੇਰੀ ਖੈਰ ਚੱਲ 40,000 ਕੋਈ ਚੱਲਾ ਦਰਵੇਸ਼ ਛੱਲਾ ਵਾਲਾ ਕੋਈ ਚੱਲਾ ਦਰਵੇਸ਼ ਛੱਲਾ ਵਾਲਾ
ਭਜਦਾ ਆਉਂਦੇ ਆ ਅੱਲਾਹ ਤੇਰਾ ਸ਼ੁਕਰ ਆ ਮੌਕਾ ਦਿੱਤਾ ਅੱਲਾਹ ਤੇਰਾ ਸ਼ੁਕਰ ਆ ਆਪਣੀ ਆਖਰਤ ਸਮਾਨਾ ਜੀ ਕੋ ਦੱਸ ਰੇ ਕੀ ਖਾਣਾ ਖਾਣਾ ਕਿਤੇ ਪੈਸੇ ਚਾਹੀਦੇ ਤੇ ਕਰਜ਼ ਚਾਹੀਦਾ ਬੱਚੇ ਮਾਰਾ ਬੀਬੀ ਮਾਰਾ ਲੈ ਪੜ ਦੇ ਹੋਏ ਤੇ ਦੇ ਦੇ ਨਹੀਂ ਚਲੇ ਬ੍ਰਦਰ ਸੁਨੇ ਫਰਮਾਇਆ ਇਤਨਾ ਇਹ ਗੱਲਾਂ ਸੁਣ ਸਮਝੋ ਯਤੀਮ ਦੀ ਕਫਾਲਤ ਕਰਨ ਵਾਲਾ ਮੇਰੇ ਨਾਲ ਇਦਾਂ ਹੋਏਗਾ ਮੈਂ ਬਾਰ ਬਾਰ ਦੁਆ ਕਰਦੇ ਹੋਏ ਆਪੋ ਉਹਦੇ ਕਬਰ ਦੇ ਤੇ ਮੈਂ ਉਹਨਾਂ ਨੂੰ ਕਹਿ ਦਿੱਤਾ ਉਹਨਾਂ ਕਬਰ ਦੇ ਮੈਂ ਕਹਿੰਦਾ ਉਹਦਾ ਹੁਣ ਤੁਹਾਡਾ ਦਰਜਾ ਬਹੁਤ ਬੁਲਾਉਂਦਾ ਤਿੰਨ ਅਸੀਂ ਛੋਟੇ ਛੋਟੇ ਭਾਈ ਸੀਗੇ ਆਏ ਕਹਿੰਦੇ ਚਲੋ ਕਿੱਡੇ ਜਵਾਨ ਕਰ ਦਿੱਤਾ ਪੜ੍ਹਾ ਲਿਖਾ ਦਿੱਤਾ ਆਪਣਾ ਰੋਬ ਰੱਖਿਆ ਸਾਡੇ ਭਾਈ ਜੀ ਦੀ ਵਜ੍ਹਾ ਤੋਂ ਅਸੀਂ ਬਟਕੇ ਰਹੇ ਮੈਂ ਤੇ ਜੰਨਤ ਯਤੀਮ ਦੀ ਕਫਾਲਤ ਕਰਨ ਵਾਲਾ ਜੰਨਤ 'ਚ ਇੱਦਾਂ ਹੋਵਾਂਗੇ ਲੋਕ ਕਿਆ ਨਬੀ ਪਾਕ ਦੀ ਗੱਲ ਵਿੱਚ ਕੋਈ ਸ਼ੱਕ ਕੋਈ ਸ਼ੱਕ ਨਹੀਂ ਗੁਜ਼ਾਰਿਸ਼ ਅਲਹਮਦੁਲਿਲਾ ਸਭ ਤਾਰੀਫੇ ਅੱਲਾਹ ਕੇ ਲੀਏ ਅਸੀਂ ਚੌਧਰੀ ਬਣ ਗਏ ਚੇਅਰਮੈਨ ਬਣ ਕੇ ਵੱਡੇ ਨੰਬਰਦਾਰ ਬਣ ਕੇ ਵੱਡੇ ਸਿਆਸਤਦਾਨ ਬਣ ਕੇ ਵੱਡੇ ਵੱਡੇ ਇਨਸਾਨ ਬਣਨ ਦੀ ਕੋਸ਼ਿਸ਼ ਕਰਦੇ ਹਾਂ ਹਾਲਾਂਕਿ ਮੈਂ ਤੁਹਾਨੂੰ ਦੱਸਾਂ ਸੁਣ ਲਿਓ ਮੇਰੀ ਗੱਲ ਅੱਛੀ ਤਰ੍ਹਾਂ ਤੁਸੀਂ ਇਸ ਗੱਲ ਦੀ ਤਾਈਦ ਕਰੋਗੇ ਇੱਕ ਐਮ ਐਲ ਏ ਵੱਡਾ ਚੌਧਰੀ ਦਾ ਕੋਈ ਜਾਂ ਫਿਰ ਨੰਬਰਦਾਰ ਜਾਂ ਕੋਈ ਵੀ ਗੁਜ਼ਰਦਾ ਨਾ ਕੋਈ ਵੱਡੀ ਗੱਡੀ ਦੇ ਉੱਤੇ ਜਾਂ ਤੁਰਿਆ ਜਾਂਦਾ ਜਾਂ ਜਿੱਦਾਂ ਵੀ ਲੋਕ ਅਸਲਾਮ ਵਾਲੇਕੁਮ ਅਸਲਾਮ ਵਾਲੇਕੁਮ ਜੀ ਕਿਹਾ ਹਾਲ ਹੈ ਇਹਦਾ ਝੁੱਕ ਕੇ ਸਲਾਮ ਕਰਦੇ ਅਸਲਾਮ ਵਾਲੇਕੁਮ ਜੀ ਕਿਹਾ ਹਾਲ ਗੁਜ਼ਰਿਆ ਪਿੱਛੋਂ ਆਰਾਮ ਦਾ ਮਾਲ ਸਾਹਿਬ ਗਾਲੀਆਂ ਬਦਦੁਆਵਾਂ ਦਿੰਦੇ ਆ ਲੋਕ ਇੱਕ ਇਹ ਜ਼ਿੰਦਗੀ ਆ ਇੱਕ ਦਰਵੇਸ਼ੀ ਦੀ ਜ਼ਿੰਦਗੀ ਅੱਲਾਹ ਵਾਲਿਆਂ ਦੀ ਜ਼ਿੰਦਗੀ ਅੱਲਾਹ ਵਾਲੇ ਵੀ ਆਉਂਦੇ ਲੋਕ ਉਹਨਾਂ ਨੂੰ ਵੀ ਅੱਲਾਹ ਕਰਦੇ ਅਸਲਾਮ ਵਾਲੇਕੁਮ ਬਾਬਾ ਜੀ ਕੀ ਗੱਲ ਬਾਬਾ ਜੀ ਹੱਥ ਚੁੰਮਦੇ ਉਹਨਾਂ ਨੂੰ ਵੀ ਅੱਲਾਹ ਕਰਦੇ ਉਹਨਾਂ ਤੋਂ ਜਾਣ ਤੋਂ ਬਾਅਦ ਵੀ ਅੱਲਾਹ ਕਰਦੇ ਜਾਣਾ ਕਿੱਧਰ ਆ ਅਸੀਂ ਇਹ ਸੋਚੋ ਇੱਧਰ ਜਾਣਾ ਕਿੱਧਰ ਜ਼ਿੰਦਗੀ ਇੰਨੇ ਦਿਨ ਨਾਲ ਖਤਮ ਮਿਸਲੇ ਬਰਫ਼ ਖਤਮ ਹੋ ਰਹੀ ਹੈ ਬਰਫ਼ ਕਿੰਨੀ ਕੁ ਦੇਰ ਟਿਕ ਜਾਵੇਗੀ ਕਿੰਨੀ ਕੁ ਦੇਰ ਟਿਕ ਜਾਵਾਂਗੇ ਛੋਟੇ ਵੱਡੇ ਬਜ਼ੁਰਗ ਆਪਣੇ ਆਪ ਨੂੰ ਜਿਹੜੀ ਮੁਨਫਰਦ ਦਿਖਾਉਣ ਦੀ ਇੱਕ ਸੋਚ ਅਤੇ ਖਾਹਿਸ਼ ਆ ਨਾ ਇਹਨੇ ਸਾਨੂੰ ਮਾਰ ਕੇ ਤਬਾਹ ਕਰ ਦਿੱਤਾ ਖਾਹਿਸ਼ ਦੇ ਬੰਦੇ ਬਣ ਗਏ ਅਸੀਂ ਰਹਿ ਗਏ ਅਸੀਂ ਆਪਣੀ ਖਾਹਿਸ਼ਾਂ ਨੂੰ ਅੱਲਾਹ ਦੇ ਅਗੇਂਸਟ ਬਣਾ ਲਿਆ ਮੁਖਾਲਫ ਬਣਾ ਲਿਆ ਔਰ ਮੁਖਾਲਫ ਜਿਹੜੀਆਂ ਅੱਲਾਹ ਨੂੰ ਦੇ ਰਸੂਲ ਦੇ ਖਾਹਿਸ਼ਾਂ ਦਾ ਉਹਨਾਂ ਨੂੰ ਪੂਰਾ ਪਾਣੀ ਦੇ ਕੇ ਜਵਾਨ ਕਰ ਦਿੱਤਾ ਹਾਲਾਂਕਿ ਉਹ ਕੱਢ ਕੇ ਬਾਹਰ ਸਿੱਟ ਦੇਣੀਆਂ ਚਾਹੀਦੀਆਂ ਸੀ ਬਾਹਰ ਸਿੱਟ ਦੇਣੀਆਂ ਚਾਹੀਦੀਆਂ ਸੀ ਲੱਖ ਹਜ਼ਾਰ ਕਿਤਾਬਾਂ ਪੜ੍ਹੀਆਂ ਇਹ ਜ਼ਾਲਮ ਨਫਸ ਨਾ ਮਰਦਾ ਹੋ ਬਾਜ ਫਕੀਰਾਂ ਕਿਸੇ ਨਾ ਮਾਰਿਆ ਬਾਹੂ ਚੋਰ ਅੰਦਰ ਦਾ ਫਕੀਰਾਂ ਦੀਆਂ ਸੱਟਾਂ ਝੱਲੋ ਦਰਵੇਸ਼ਾਂ ਦੇ ਕੋਲ ਦੋਵੋ ਟਾਈਮ ਕੱਢੋ ਬਾਬਾ ਜੀ ਸ਼ਵਾਗ ਹੈ ਉਹਦੇ ਬਹੁਤ ਵੱਡੇ ਰਾਜ ਮੁਖਤਰੇ ਉਹ ਫਰਮਾਉਂਦੇ ਮੇਰੇ ਕੋਲ ਇੱਕ ਨੌਜਵਾਨ ਆਇਆ ਕਹਿੰਦਾ ਮੈਨੂੰ ਵੀ ਰੂਹਾਨੀਆਂ ਸਿਖਾਓ ਬਾਬਾ ਜੀ ਮੈਨੂੰ ਵੀ ਰੂਹਾਨੀਆਂ ਦੱਸੋ ਆ ਫਰਮਾਉਂਦੇ ਹਾਂ ਠੀਕ ਆ ਬੇਟਾ ਇੱਦਾਂ ਕਰ ਕੱਲ੍ਹ ਤੋਂ ਆ ਜਾ ਕਰੀਏ ਘੰਟਾ ਛੇ ਕੁ ਮਹੀਨੇ ਆਦਿ ਨੂੰ ਦੱਸਾਂ ਉਹ ਬਾਬਾ ਜੀ ਟਾਈਮ ਕੋਈ ਨਹੀਂ ਹੈਗਾ ਜੋ ਦੱਸਣਾ ਹੁਣੇ ਹੁਣੇ ਦੱਸ ਲਓ ਕਹਿੰਦੇ ਮੈਂ ਪੁੱਛਿਆ ਹਾਂ ਤੂੰ ਪੜ੍ਹਿਆ ਕਿੰਨਾ ਕਹਿੰਦਾ 14 ਪੜ੍ਹਿਆ ਅਤੇ ਅੱਗੇ ਵੀ ਪੜ੍ਹਦਾ ਪਿਆ ਅੱਛਾ ਕਹਿੰਦੇ ਦੁਨੀਆਦਾਰੀ ਸਿੱਖਣ ਵਾਸਤੇ 14 ਸਾਲ ਤੂੰ ਗੁਜ਼ਾਰਦੇ ਅੱਗੇ ਹੋਰ ਵੀ ਟਾਈਮ ਲਾਉਣਾ ਅਤੇ ਰੂਹਾਨੀਅਤ ਨੂੰ ਤੂੰ ਕੀ ਸਮਝਿਆ ਹੋਇਆ ਇੱਕ ਅਫਸਾਨਵੀ ਦੁਨੀਆ ਨੂੰ ਸਿੱਖਣ ਵਾਸਤੇ ਤੂੰ ਕਿੰਨਾ ਵਕਤ ਗੁਜ਼ਾਰ ਦਿੱਤਾ ਤੂੰ ਰੂਹਾਨੀਅਤ ਵਾਸਤੇ ਤੇਰੇ ਕੋਲ ਟਾਈਮ ਹੀ ਹੈ ਨਹੀਂ ਸਾਡੇ ਕੋਲ ਟਾਈਮ ਹੀ ਹੈ ਨਹੀਂ ਸਾਡੇ ਕੋਲ ਵਕਤ ਹੈ ਨਹੀਂ ਅੱਲਾਹ ਦੇ ਰਸੂਲ ਦੀ ਮੁਹੱਬਤ ਭਰੀਆਂ ਗੱਲਾਂ ਔਲੀਆ ਕਰਾਮ ਉਲਾਮਾ ਕਰਾਮ ਮਸ਼ਾਇਖ ਉਜ਼ਾਮ ਵਿਲੇ ਬੈਠੇ ਇੰਤਜ਼ਾਰ ਕਰਦੇ ਕੋਈ ਆਈਏ ਰਾਹ ਦੱਸੀਏ ਅਸੀਂ ਉਹਨਾਂ ਨੂੰ ਜਿਹਨਾਂ ਨੂੰ ਨਜ਼ਰ ਰਾਤ ਆ ਗਈ ਕੋਈ ਇੰਤਜ਼ਾਰ ਜੇ ਹਮਕੋ ਮਾਇਲ ਮਕਰਮ ਹੈ ਕੋਈ ਸਾਇਲ ਹੀ ਨਹੀਂ ਰਾਹ ਦਿਖਲਾਏ ਕਿਸ ਕੋ ਰਹਿਰਵੇ ਮੰਜ਼ਿਲ ਹੀ ਨਹੀਂ ਕੋਈ ਕਾਬਲ ਹੋ ਤਾਂ ਉਹ ਪਛਾਣੇ ਕਈ ਦਿੰਦੇ ਹੈ ਢੂੰਡਣੇ ਵਾਲੋਂ ਕੋ ਦੁਨੀਆ ਵੀ ਨਹੀਂ ਦਿੰਦੇ ਢੂੰਡਣੇ ਵਾਲਾ ਹੀ ਕੋਈ ਨਹੀਂ ਸਾਡਾ ਕੋਈ ਬਚਿਆ ਹੀ ਨਹੀਂ ਹਾਲਾਂਕਿ ਸਾਰਾ ਕੋਈ ਬਚਿਆ ਇਸਲਾਮ ਤੋਂ ਆ ਜਾਂਦਾ ਸਾਰਾ ਕੁਛ ਗਵਾ ਲਿਆ ਜਾਨ ਜਾਂਦੀ ਤੇ ਜਾਵੇ ਇਮਾਨ ਨਾ ਜਾਵੇ ਸਾਡਾ ਇਮਾਨ ਗਵਾ ਜਾ ਲੱਭਣ ਦੀ ਕੋਈ ਕੋਸ਼ਿਸ਼ ਨਹੀਂ ਫਕੀਰਾਂ ਦੇ ਦਰਾਂ ਤੇ ਜਾਓ ਟਾਈਮ ਕੱਢੋ ਦਰਵੇਸ਼ਾਂ ਕੋਲ ਬੈਠੋ ਉਲਾਮਾ ਕੋਲ ਬੈਠੋ ਸਵਾਲ ਜਵਾਬ ਕਰੋ ਤਾਂ ਕਿ ਤੁਹਾਡੀ ਕਬਰ ਵਿੱਚ ਫਰਿਸ਼ਤੇ ਤੁਹਾਨੂੰ ਪੂਰੇ ਪ੍ਰੋਟੋਕੋਲ ਨਾਲ ਬਾਜੇ ਦੁੱਤੀਆਂ ਵਜਾਉਣ ਨਜ਼ਰ ਆਉਣਾ ਉਹ ਤਾਂ ਵੀ ਨਜ਼ਰ ਆਉਣਾ ਤੁਹਾਨੂੰ ਕਬਰ 'ਚ ਵੀ ਲੈ ਕੇ ਜਾਣ ਕੱਲ੍ਹ ਕਿਆਮਤ ਵਾਲੇ ਦਿਨ ਜਦੋਂ ਤੁਸੀਂ ਉੱਠੋ ਤੇ ਪੂਰੇ ਪ੍ਰੋਟੋਕੋਲ ਦੇ ਨਾਲ ਸ਼ਹਿਨਾਈਆਂ ਦੇ ਨਾਲ ਢੋਲਕ ਦੀ ਥਾਪ ਦੇ ਨਾਲ ਜੰਨਤ ਦੇ ਵਿੱਚ ਦਾਖਲ ਕੀਤਾ ਜਾਏਗਾ ਉਹ ਬੰਦਾ ਜਿਹਨੇ ਇਸਲਾਮ ਦੇ ਨਜ਼ਰ ਹੱਥ ਕਾਰਵਾਲ ਤੇ ਦਿਲ ਯਾਰ ਬਣ ਦਿੱਤੀਆਂ ਕਦਮ ਚੱਕਿਆ ਮੈਂ ਆਪਣੇ ਮਹਬੂਬ ਨੂੰ ਦੇਖਿਆ ਕਿ ਮੇਰੇ ਮਹਬੂਬ ਦਾ ਹੁਕਮ ਕੀ ਹੈ ਅਲਹਮਦੁਲਿਲਾ ਸਭ ਤਾਰੀਫ ਅੱਲਾਹ ਨੇ ਬੜੀ ਲੋਜਿਕ ਦੇ ਨਾਲ ਦਿੱਤੀ ਅਲਹਮਦੁਲਿਲਾ ਸਭ ਤਾਰੀਫੇ ਅੱਲਾਹ ਕੇ ਲੀਏ ਹੈ ਮੇਰੇ ਲਈ ਸਭ ਤਾਰੀਫੇ ਇਹ ਨਹੀਂ ਕਿਹਾ ਕਿ ਅਕਸਰ ਜਾਂ ਜ਼ਿਆਦਾਤਰ ਤਾਰੀਫਾਂ ਮੇਰੇ ਵਾਸਤੇ ਸਭ ਤਾਰੀਫੇ ਮੇਰੇ ਲਈ ਹੈ ਜ਼ਰੂਰਤ ਨਾ ਕਰੇ ਕੋਈ ਆਪਣੀ ਤਾਰੀਫ ਕਰਵਾਉਣ ਦੀ ਵੱਡਾ ਬਣ ਕੇ ਵੱਡਾ ਮੈਂ ਆ ਜਿਹੜਾ ਮੇਰੇ ਸਾਹਮਣੇ ਵੱਡਾ ਬਣੇਗਾ ਮੇਰੀ ਸ਼ਾਨ ਆ ਅੱਲਾਹ ਅਕਬਰ ਅਲ ਕਿਬਰੂ ਰਿਦਾਈ ਜਿਹੜੀ ਤਕੱਬਰ ਦੀ ਚਾਦਰ ਆ ਉਹ ਮੇਰੀ ਚਾਦਰ ਆ ਤਕੱਬਰ ਮੇਰੀ ਚਾਦਰ ਆ ਜਿਹੜਾ ਮੇਰੇ ਕੋਲ ਖਿੱਚ ਕੇ ਆਪ ਵੱਡਾ ਬਣਨਾ ਚਾਹੇਗਾ ਜਿਹੜੇ ਲੋਕ ਬਾਹਰ ਕੱਢ ਦੋ ਸਿਆਪੇ ਮੁਸਲਤ ਕਰ ਦਵਾਂਗਾ ਉਹਦੇ ਉੱਤੇ ਔਰ ਕਬਰ ਦੇ ਹਸ਼ਰ ਦੇ ਅਸੀਆ ਮਿਲ ਜਾਂਦੇ ਦੁਨੀਆ ਦੇ ਆਏ ਕੁਛ ਸਰਕਾਰ ਫਰਮਾਦੇ ਜਿਹਨੇ 100 ਸਾਲ ਦੀ ਜ਼ਿੰਦਗੀ ਗੁਜ਼ਾਰੀ ਹੋਈ ਨਾ ਉਹਦੇ ਕੋਲ ਜੋ ਪੁੱਛਿਆ ਜਾਣਾ ਰੱਬ ਨੇ ਸਵਾਲ ਕਰਨਾ ਦੱਸ ਵੇ ਕਿੰਨੀ ਜ਼ਿੰਦਗੀ ਗੁਜ਼ਾਰੀ ਨਹੀਂ ਗੱਲ ਅੱਲਾਹ ਤਾਲਾ ਫਰਮਾਦੇਗਾ ਤੁਸੀਂ ਰੱਬੁਲ ਇੱਜ਼ਤ ਹੋ ਗਏ ਤੁਸੀਂ ਮੈਨਾਂ ਇੱਕ ਕਿੱਦਾਂ ਪੁੱਛੇ ਸਵਾਲ ਇੱਕ ਅੱਖ ਹਜੇ ਲੱਗੀ ਸੀ ਤੇ ਖੁੱਲ ਗਈ ਤੁਸੀਂ ਲਾ ਲਿਆ ਵਾਪਸ ਇੱਥੇ ਆਹ ਗੱਲਾਂ ਹੋਈਆਂ ਮੰਨਣਾ ਹੀ ਨਹੀਂ ਉਹਨੇ ਕਿ 100 ਸਾਲ ਗੁਜ਼ਾਰ